ਜਲੰਧਰ ਦੇ ਵਿੱਚ ਦਿਨੋ ਦਿਨ ਚੋਰੀ ਅਤੇ ਲੁੱਟਾ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ। ਤਾਜ਼ਾ ਮਾਮਲਾ ਬਸਤੀ ਅੱਡੇ ਚੌਂਕ ਤੋਂ ਸਾਹਮਣੇ ਆਇਆ, ਜਿੱਥੇ ਕਿ ਬੀਤੀ ਰਾਤ ਕਰੀਬ 2:30 ਵਜੇ ਚੋਰਾਂ ਦੇ ਵੱਲੋਂ 4 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ। ਜਿੱਥੇ ਕਿ ਚੋਰਾਂ ਦੇ ਵੱਲੋਂ ਇਹਨਾਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਹਾਰਡਵੇਅਰ ਦੀਆਂ ਦੁਕਾਨਾਂ ਹੈ, ਜਿਸ ਦੇ ਵਿੱਚੋਂ ਕਿ ਬੀਤੀ ਰਾਤ ਚੋਰਾਂ ਨੇ ਕੈਸ਼ ਚੋਰੀ ਕਰ ਲਿਆ। ਹਾਲਾਂਕਿ ਚੋਰਾਂ ਦੇ ਵੱਲੋਂ ਦੁਕਾਨ ਦਾ ਕੋਈ ਸਮਾਨ ਤਾਂ ਨਹੀਂ ਚੋਰੀ ਕੀਤਾ ਗਿਆ, ਪਰ ਕੈਸ਼ ਜ਼ਰੂਰ ਚੋਰੀ ਕਰ ਲਿਆ। मेरा जी अमित है नाम, दुकान का नाम है चड्डा हार्डवेयर ट्रेडर्स जी। तो राती कोई 2:30 बजे वारदात हुई है, जिदा अपना अंदरों थोड़ा कन टप के ग्रिल का थोड़ा सरिया वगैरह वींगा करके अंदर बढ़ के कैश लैके गए। सीसीटीवी जी फुटेज के दो बंदे है जी, अपने दो ही नज़र आ रहे हैं, मुँह तो मास्क वगैरह लगा है, पर ज़्यादा कुछ क्लीयर नज़र नहीं आ रहा, सिर्फ कैश ही लै गए, बाकी कोई समान वगैरह नहीं उन्होंने कोई हथ लाया। ਬਾਕੀ ਚਾਰਾਂ ਦੁਕਾਨਾਂ 'ਚ ਨਾਲ ਦੇ ਜਿਹੜੀ ਹੈਗੀਆਂ ਸਭ ਦੇ ਵਿੱਚ ਇਕੱਠੀ ਵਾਰਦਾਤ ਹੋਈ ਹੈ। ਅਤੇ ਸਰ ਜੇ ਗੱਲ ਕਰੀਏ ਕੈਸ਼ ਦੀ, ਕੈਸ਼ ਕਿੰਨਾ ਕੁ ਗਿਆ? ਮੇਰੀ ਦੁਕਾਨ 'ਚੋਂ ਸਰ 5,000 ਤੱਕ ਗਿਆ, ਬਾਕੀ ਨਾਲ ਦਿਆਂ ਦਾ ਥੋੜ੍ਹਾ ਨੁਕਸਾਨ 1-2 ਬੰਦਿਆਂ ਜ਼ਿਆਦਾ ਹੋਇਆ। ਤੁਹਾਨੂੰ ਕਿੱਦਾਂ ਪਤਾ ਲੱਗਾ, ਤੁਹਾਨੂੰ ਕਿਸ ਟਾਈਮ ਪਤਾ ਲੱਗਾ? ਸਾਨੂੰ ਸਵੇਰੇ ਪਤਾ ਲੱਗਾ ਜੀ, 9:30 ਵਜੇ ਜਦੋਂ ਦੁਕਾਨ ਦੀ ਓਪਨ ਕੀਤੀ। ਦੁਕਾਨ ਦਾ ਪਿੱਛੋਂ ਸ਼ਟਰ ਚੱਕ ਕੇ ਨੁਕਸਾਨ ਹੋ ਗਿਆ, ਕੈਸ਼ ਸੀ ਗੱਲੇ ਪਿਆ। ਰਾਤੀ 2:30-3 ਵਜੇ ਦੇ ਕਰੀਬ ਆਇਆ ਚੋਰ, ਅਤੇ 1.5-2 ਲੱਖ ਮਤਲਬ 1.5-1.75 ਲੱਖ ਰੁਪਏ ਇੱਥੇ ਪਿਆ ਸੀ ਕੈਸ਼, ਉਹੀ ਸੀ ਉਹੀ ਲੈ ਗਏ ਬਸ, ਹੋਰ ਕੋਈ ਚੀਜ਼ ਨੁਕਸਾਨ ਨਹੀਂ ਹੋਈ। ਤੁਹਾਨੂੰ ਕਿੱਦਾਂ ਪਤਾ ਲੱਗਾ ਸਰ? ਸਵੇਰੇ ਸ਼ਟਰ ਖੋਲ੍ਹਿਆ, ਥੈਲਾ ਉੱਤੇ ਸੀ, ਥੈਲੇ ਦੇ ਵੋਚਰ ਜਮ੍ਹਾਂ ਕਰਾਉਣਾ ਸੀ ਕੈਸ਼, ਸਵੇਰੇ ਵੋਚਰ ਵੀ ਬਾਹਰ ਫੜਿਆ ਪਿਆ, ਕੈਸ਼ ਨਹੀਂ। ਅਤੇ ਆਏ ਕਿੱਧਰੋਂ? ਪਿੱਛੋਂ ਦੀ, ਪਿੱਛੇ ਚੱਡਾ ਮਾਰਕੀਟ ਹੈਗੀ ਉਹਦੇ ਦੁਕਾਨਾਂ ਵਿੱਚੋਂ। ਅਤੇ ਸਰ ਸੀਸੀਟੀਵੀ ਫੁਟੇਜ ਕੁਛ ਆਇਆ? ਦੋ ਬੰਦੇ ਆਏ ਆ, ਸ਼ਾਇਦ ਟਰੇਸ ਆਊਟ ਹੋਏ ਹੋਏ। ਉਧਰ ਥਾਣਾ 2 ਦੀ ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ 'ਚ ਲੈ ਲਈ ਗਈ ਹੈ ਅਤੇ ਦੁਕਾਨਦਾਰਾਂ ਦੇ ਬਿਆਨ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਇਹ ਹੈ ਵੀ ਸਾਨੂੰ ਨਾ ਇੰਟੀਮੇਸ਼ਨ ਆਈ ਹੈ ਬਸਤੀ ਅੱਡੇ ਚੌਂਕ ਦੇ ਨਾਲ ਪੰਸਾਂ ਦੇ ਬਾਜ਼ਾਰ ਵਾਲੇ ਪਾਸੇ ਵੀ ਦੁਕਾਨਾਂ ਦੇ ਤਾਲੇ ਟੁੱਟੇ ਆ। ਅਸੀਂ ਉੱਥੇ ਮੌਕੇ 'ਤੇ ਜਾ ਕੇ ਦੇਖਿਆ ਵੀ 3-4 ਜਿਹੜੀਆਂ ਦੁਕਾਨਾਂ ਸੀਗੀਆਂ ਉਹਨਾਂ ਦੇ ਵਾਕਈ ਤਾਲੇ ਟੁੱਟੇ, ਬੈਕ ਸਾਈਡ ਦੇ ਮੇਨ ਰੋਡ 'ਤੇ ਤਾਲੇ ਲੋਕ ਲੱਗੇ ਹੋਏ ਸੀਗੇ, ਮਗਰ ਜਾ ਕੇ ਦੇਖਿਆ ਬਜ਼ਾਰ ਸਾਈਡ ਤੋਂ ਉਹਨਾਂ ਦੇ ਤਾਲੇ ਟੁੱਟੇ ਹੋਏ ਸੀਗੇ, ਜਿਨ੍ਹਾਂ ਨੇ ਆਪਣੇ ਦੁਕਾਨ ਦੇ ਅੰਦਰ ਦੱਸਿਆ। ਇੱਕ ਬੰਦੇ ਨੇ ਦੱਸਿਆ ਵੀ ਸਾਡਾ ਕੈਸ਼ ਸੀਗਾ ਜਿਹੜਾ ਪਿਆ ਉਹ ਚੋਰੀ ਹੋ ਗਿਆ ਗੱਲੇ 'ਚ, ਬਾਕੀ ਦੁਕਾਨਾਂ ਦੀ ਭਾਣ ਭੂਣ ਗਈ ਆ 2,000 ਦੀ ਕਿਸੇ ਦੀ 1,000 ਦੀ, ਅਤੇ ਉਹਦੀ ਤਫਤੀਸ਼ ਚੱਲ ਰਹੀ ਆ, ਜਿਹੜੀ ਵੀ ਗੱਲ ਸਾਹਮਣੇ ਆਈ ਉਸ ਹਿਸਾਬ ਨਾਲ ਅਸੀਂ ਕਾਰਵਾਈ ਲਿਆ। ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਦੁਕਾਨਦਾਰ ਦੇ ਆਈ ਆ, ਉਹ 'ਚ ਲੱਗ ਰਿਹਾ ਵੀ 2 ਜਣੇ ਹੈਗੇ ਆ, ਜਿਹੜੀ ਪਹਿਚਾਣ ਨਹੀਂ ਹੋ ਸਕਦੀ ਉਹਦੀ ਤਸਦੀਕ ਕਰ ਰਹੇ ਹਾਂ ਅਸੀਂ, ਜਿੱਦਾਂ ਦੀ ਕਾਰਵਾਈ ਸਾਹਮਣੇ ਤਸਦੀਕ ਹੋ ਗਈ ਉੱਦਾਂ ਦਾ ਆਪਾਂ ਵੈਰੀਫਾਈ ਕਰਕੇ ਪਤਾ ਦੇਣਾ। ਪਤਾ ਲੱਗਾ ਕਿ ਜਿਹੜੇ ਚੋਰ ਹੈ ਕਿੱਧਰੋਂ ਆਏ ਸੀਗੇ? ਇਹ ਕੋਈ ਚੱਡਾ ਮਾਰਕੀਟ ਹੈਗੀ ਪਿੱਛੇ ਟਾਇਰਾਂ ਵਾਲੀ, ਉਹ ਬੰਦ ਹੁੰਦੀ ਆ ਐਕਚੁਲੀ, ਦੁਕਾਨਾਂ ਸਾਰੀਆਂ ਬੰਦ ਪਈਆਂ, ਉੱਧਰੋਂ ਕਿਤੇ ਬੈਕ ਸਾਈਡ ਤੋਂ ਆਏ ਆ। ਤੇ ਚਾਰੋਂ ਦੁਕਾਨਾਂ ਕਾਦੀਆਂ? ਇਹ ਹਾਰਡਵੇਅਰ ਦੀਆਂ ਦੁਕਾਨਾਂ ਚਾਰੇ। ਹੁਣ ਮੁੱਢਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਮੁੱਢਲੀ ਕਾਰਵਾਈ ਇਹੀ ਆ, ਤਸਦੀਕ ਕਰ ਰਹੇ ਹਾਂ ਅਸੀਂ, ਸੀਸੀਟੀਵੀ ਕੈਮਰਿਆਂ ਜਿਹੜੇ ਸਾਫ਼ ਪਿਕਚਰ ਆ ਜਾਵੇ ਤਾਂ ਉਹਦੀ ਸ਼ਨਾਖਤ ਕੀਤੀ ਜਾ ਸਕੇ। ਹੋਰ ਅਪਡੇਟਸ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।
अलीशा बेगम एक औरत का दुख एक औरत ही समझ सकती है। रूहानी ते काली शक्तियां दी मालकन दुनिया का सब तो चमत्कारी इल्म मेरे कोल है। मेरे कीते नू कोई कट नहीं सकदा। काला इल्म करना आते तोड़ना हर एक दे बस दी गल नहीं। परेशानी जिवें लव मैरिज, पति पत्नी च झगड़ा, सौतन दुश्मन तो छुटकारा, तलाक केस, बुरे सपने, विदेश यात्रा, बुरी संगत जां नशा छुड़ाना, बीमारी च दवा ना लगना, वशीकरण एक सच्चाई है। वशीकरण करवाओ, मन चाह प्यार पाओ। की तुहाडी किस्मत च लॉटरी दा योग है जां नहीं, सच्चाई जानो। लॉटरी नंबर पाओ भावें 649 होवे जां लोटो मैक्स। 11 घंटे च करवाओ हर परेशानी दा हल घर बैठे। अष्टाम पेपर ते लिख के लवो कम दी गारंटी। जा कहने तो बाहर है तुरंत संपर्क करो। तुहाडी हर गल गुप्त रखी जाएगी। अलीशा बेगम।